सब्सक्राइब बटन दबा के मेरे चैनल को सब्सक्राइब कर लीजिए बेल आइकन को दबा के नोटिफिकेशन ऑन कर लीजिए हर सरकारी नौकरी की जानकारी सबसे पहले पाने के लिए सात श्रीकाल दोस्तों अलर्ट बाय हरदीप चैनल में आपका स्वागत है जेकर दोस्तों मेरे चैनल पर पहली बार विजिट कर रहे हो तो मेरे चैनल को सब्सक्राइब करना मत भूलना हर सरकारी नौकरी की जानकारी सबसे पहले पाने के लिए साथ ही साथ नोटिफिकेशन बेल को भी ऑन कर देना जब भी कोई मैं अपनी नई वीडियो अपलोड करूंगा उसका नोटिफिकेशन आपको सबसे पहले मिल सके चलो दोस्तों आज का वीडियो स्टार्ट करते हैं भारत में नौकरियां दा बुरा हाल 13 असामियां ਲਈ 7000 ग्रेजुएटਾਂ ਦੀਆਂ ਅਰਜ਼ੀਆਂ ਆਈਆਂ दोस्तों बेटरਾਂ ਦੀਆਂ 13 ਅਸਾਮੀਆਂ ਲਈ 7000 ਗ੍ਰੈਜੂਏਟਾਂ ਦੀਆਂ ਅਰਜ਼ੀਆਂ ਆਈਆਂ नई दिल्ली 20 जनवरी भारत में नौकरियों दी कितनी माड़ी हालत है इसका अंदाजा इस बात तो लगाया जा सकता है ਕੀ ਮਹਾਰਾਸ਼ਟਰ ਦੇ ਸੂਬੇ ਸਕਤਰੇਤ ਨੇ ਬੇਟਰਾ ਦੀਆਂ 13 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਸੀ ਜਿਨ੍ਹਾਂ ਵਿੱਚ 7000 ਤੋਂ ਵੱਧ ਉਮੀਦਵਾਰਾਂ ਨੇ ਅਰਜ਼ੀਆਂ ਭੇਜੀਆਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਰਜ਼ੀਆਂ ਭੇਜਣ ਵਾਲੇ ਸਾਰੇ ਉਮੀਦਵਾਰ ਗ੍ਰੈਜੂਏਟ ਹਨ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ 7000 ਵਿੱਚੋਂ 13 ਉਮੀਦਵਾਰ ਚੁਣੇ ਗਏ ਹਨ ਇਹਨਾਂ ਵਿੱਚ 8 ਮੇਲ ਨੇ ਜੀ 5 ਫੀਮੇਲ ਨੇ 13 ਵਿੱਚੋਂ 12 ਉਮੀਦਵਾਰ ਗ੍ਰੈਜੂਏਟ ਹਨ ਸਭ ਦੀ ਉਮਰ 25 ਤੋਂ 27 ਦੇ ਵਿਚ ਵਿੱਚ ਹੈ ਦੋਸਤੋ ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਲਓ ਕਿ ਭਰਤੀਆਂ 13 ਨੇ ਔਰ 7000 ਜੋ ਗ੍ਰੈਜੂਏਟ ਜਿਨ੍ਹਾਂ ਨੇ ਕੰਪਲੀਟ ਕੀਤੀ ਆ ਉਹ ਅਪਲਾਈ ਕਰ ਰਹੇ ਨੇ 8ਵੀਂ 10ਵੀਂ 12ਵੀਂ ਵਾਲਿਆਂ ਦਾ ਕੀ ਹੋਵੇਗਾ ਕਿੰਨੀ ਬੁਰੀ ਹਾਲਤ ਹੋ ਚੁੱਕੀ ਹੈ ਪੂਰੇ ਭਾਰਤ ਵਿੱਚ ਨੌਕਰੀਆਂ ਦੀ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਇੱਕ ਨਵੀਂ ਭਰਤੀ ਨੋਟੀਫਿਕੇਸ਼ਨ ਦੇ ਨਾਲ